ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅਰਦਾਸ ਕਰਾਂ ਦੀ ਵੀਡੀਓ ਬਣਾਉਣੀ ਨਹੀਂ ਸੀਗੀ ਰਿਵਿਊ ਦੀ, ਇਸੇ ਕਰਕੇ ਲੇਟ ਹੋ ਗਿਆ। ਸੈਟਰਡੇ ਨਾਈਟ ਹੈ, ਅੱਜ ਮੈਂ ਲਾਸਟ ਸ਼ੋਅ ਦੇਖਿਆ, ਬਟ ਅਰਦਾਸ ਕਰਾਂ ਮੂਵੀ ਇੱਦਾਂ ਦੀ ਹੈ ਕਿ ਉਹਨੇ ਮੈਨੂੰ ਵੀਡੀਓ ਜਾਂ ਰਿਵਿਊ ਬਣਾਉਣ 'ਤੇ ਮਜਬੂਰ ਕਰਤਾ। ਦੋਸਤੋ, ਫਿਲਮ ਨੂੰ ਮੈਂ 4 ਸਟਾਰ ਦਊਂਗਾ ਕਿਉਂਕਿ ਫਿਲਮ ਬਹੁਤ ਬਹੁਤ ਵਧੀਆ ਫਿਲਮ ਬਣਾਈ ਹੈ ਗਿੱਪੀ ਗਰੇਵਾਲ ਨੇ। ਮੈਂ ਹੈਰਾਨ ਹਾਂ ਕਿ ਉਹਨਾਂ 'ਚ ਇਹ ਟੈਲੈਂਟ ਵੀ ਹੈ, ਅਤੇ ਮੈਂ ਚਾਹੁੰਦਾ ਸੀ ਕਿ ਇੱਦਾਂ ਦੀ ਕੋਈ ਫਿਲਮ ਆਏ ਜੋ ਮੈਨੂੰ, ਮਤਲਬ ਪੰਜਾਬ 1984 ਤੋਂ ਬਾਅਦ ਅਰਦਾਸ ਕਰਾਂ ਜਿਹੜੀ ਫਿਲਮ ਹੈ ਪੰਜਾਬੀ ਉਹ ਕਲਿੱਕ ਕੀਤੀ ਹੈ। ਜੇ ਮੈਂ ਸਟੋਰੀ ਦੀ ਗੱਲ ਕਰਾਂ ਤਾਂ ਮੈਂ ਸਟੋਰੀ ਲਾਈਫ ਨੂੰ ਲੈ ਕੇ ਸਟੋਰੀ ਹੈ, ਲਾਈਫ ਜੀਣੀ ਕਿੱਦਾਂ, ਪ੍ਰੈਜੈਂਟ 'ਚ ਕਿੱਦਾਂ ਜੀਣਾ ਹੈ। 3 ਦੋਸਤ ਹੈ, ਬਜ਼ੁਰਗ ਹੈ ਕਾਫੀ, ਉਹਨਾਂ ਨੂੰ ਜ਼ਿੰਦਗੀ 'ਚ ਬਹੁਤ ਨਿਰਾਸ਼ਾ ਹੈ, ਬਟ ਗਿੱਪੀ ਗਰੇਵਾਲ ਅਤੇ ਘੁੱਗੀ ਗੁਰਪ੍ਰੀਤ ਘੁੱਗੀ ਉਹਨਾਂ ਨੂੰ ਕਿੱਦਾਂ ਜ਼ਿੰਦਗੀ ਜਿਉਣਾ ਸਿਖਾ ਦਿੰਦੇ ਨੇ। ਮੂਵੀ ਸਾਰੀ ਇਹਦੇ ਬੇਸਡ ਹੈ। ਸਟੋਰੀ ਲਾਈਨ ਜੇ ਕਹੀਏ ਬਹੁਤ ਛੋਟੀ ਹੈ ਫਿਲਮ ਦੀ, ਲੇਕਿਨ ਸਟੋਰੀ ਬਹੁਤ ਵੱਡੀ ਹੈ। ਜੇ ਫਿਲਮ ਦਾ ਥੀਮ ਹੈ ਉਹ ਬਹੁਤ ਵਧੀਆ ਲਿੱਤਾ ਗਿਆ ਫਿਲਮ ਦਾ। ਅਤੇ ਜੋ ਅਗਰ ਮੈਂ ਸਟਾਰਕਾਸਟ ਦੀ ਗੱਲ ਕਰਾਂ, ਸਟਾਰਕਾਸਟ ਬਹੁਤ ਵੱਡੀ ਹੈ। ਗਿੱਪੀ ਗਰੇਵਾਲ ਹੈ, ਸਰਦਾਰ ਸੋਹੀ ਹੈ, ਗੁਰਪ੍ਰੀਤ ਘੁੱਗੀ ਹੈ, ਗਿੱਪੀ ਗਰੇਵਾਲ ਦਾ ਮੁੰਡਾ ਸ਼ਿੰਦਾ ਗਰੇਵਾਲ ਹੈ। ਇਸ ਤੋਂ ਇਲਾਵਾ ਵੀ ਬਹੁਤ ਵੱਡੀ ਸਟਾਰਕਾਸਟ ਹੈ, ਮੈਨੂੰ ਜ਼ਿਆਦਾ ਨਾਮ ਯਾਦ ਨਹੀਂ ਉਹਨਾਂ ਦੇ। ਲੇਕਿਨ ਫਿਲਮ ਦੇ ਵਿੱਚ ਜੇ ਇੱਕ ਹੀ ਚੀਜ਼ ਹੈ ਦੇਖਣ ਵਾਲੀ, ਉਹ ਹੈ ਗੁਰਪ੍ਰੀਤ ਘੁੱਗੀ ਜੀ ਦੀ ਐਕਟਿੰਗ ਅਤੇ ਉਹਨਾਂ ਦਾ ਕੈਰੈਕਟਰ ਜੋ ਲਿਖਿਆ ਹੈ ਗਿੱਪੀ ਗਰੇਵਾਲ ਨੇ। ਹੈਟਸ ਆਫ ਟੂ ਗਿੱਪੀ ਗਰੇਵਾਲ ਫੋਰ ਅਰਦਾਸ ਕਰਾਂ, ਐਂਡ ਥੈਂਕਸ ਥੈਂਕਸ ਅਲੋਟ ਮੈਨ ਕਿ ਤੁਸੀਂ ਇੱਦਾਂ ਦੀ ਫਿਲਮ ਬਣਾਈ। ਬਹੁਤ ਵਧੀਆ ਫਿਲਮ ਹੈ ਦੋਸਤੋ, ਜ਼ਰੂਰ ਦੇਖਣ ਜਾਇਓ, ਆਪਣੀ ਫੈਮਿਲੀ ਨਾਲ, ਆਪਣੇ ਪਾਰਟਨਰ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਗ੍ਰੈਂਡ ਪੇਰੈਂਟਸ ਨਾਲ ਤੁਸੀਂ ਫਿਲਮ ਜ਼ਰੂਰ ਦੇਖਿਓ। ਤੁਹਾਨੂੰ ਜੋ ਘਰ 'ਚ ਚੱਲ ਰਿਹਾ, ਹਰ ਕਿਸੇ ਦੇ ਘਰ 'ਚ ਜੋ ਚੱਲ ਰਿਹਾ ਫਿਲਮ, ਬਖੂਬੀ ਉਹਨੂੰ ਤੁਹਾਡੇ ਸਾਹਮਣੇ ਲਿਆ ਕੇ ਰੱਖਦੀ ਹੈ ਅਤੇ ਤੁਹਾਡੀ ਅੱਖਾਂ ਪਸ ਭਰੀਆਂ ਰਹਿਣਗੀਆਂ ਪੂਰੀ ਫਿਲਮ 'ਚ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਿਰਫ ਰੋਂਦੇ ਰਹੋਗੇ, ਫਿਲਮ ਹਸਾਉਂਦੀ ਵੀ ਬਹੁਤ ਹੈ ਅਤੇ ਜ਼ਿੰਦਗੀ ਜੀਣ ਦਾ ਇੱਕ ਤਰੀਕਾ ਸਿਖਾਉਂਦੀ ਹੈ ਜ਼ਿੰਦਗੀ। ਮੈਂ ਹਾਲੇ ਤੱਕ ਵੀ ਉਹ ਵਾਈਬਸ ਤੋਂ ਬਾਹਰ ਨਹੀਂ ਨਿਕਲ ਪਾ ਰਿਹਾ ਅਤੇ ਮੈਂ ਚਾਹੁੰਦਾ ਵੀ ਨਹੀਂ ਕਿ ਮੈਂ ਉਸ ਵਾਈਬਸ ਤੋਂ ਬਾਹਰ ਨਿਕਲਾਂ। ਪਰਫੋਰਮੈਂਸਿਸ, ਬੈਕਗਰਾਊਂਡ ਸਕੋਰ, ਸਿਨੇਮੈਟੋਗ੍ਰਾਫੀ, ਲੋਕੇਸ਼ਨਸ ਅਤੇ ਥੀਮ ਫਿਲਮ ਦਾ ਸਾਰਾ ਕੁਝ ਬਹੁਤ ਵਧੀਆ। ਗਿੱਪੀ ਗਰੇਵਾਲ ਨੇ ਜੋ ਕੰਮ ਕਰਤਾ ਅਰਦਾਸ ਕਰਾਂ 'ਚ, ਆਈ ਡੋਂਟ ਥਿੰਕ ਕਿ ਇੱਦਾਂ ਦਾ ਕੰਮ ਹਾਲੇ ਤੱਕ ਪੰਜਾਬੀ ਇੰਡਸਟਰੀ 'ਚ ਹੋ ਰਿਹਾ ਹੈ। ਅਤੇ ਮੈਂ ਬਹੁਤ ਜ਼ਿਆਦਾ ਕੰਗਰੈਟਸ ਕਰਾਂਗਾ ਉਹਨਾਂ ਨੂੰ ਇਸ ਗੱਲ ਪਿੱਛੇ, ਅਤੇ ਮੈਂ ਉਹਨਾਂ ਨੂੰ ਚਾਹਾਂਗਾ ਕਿ ਉਹ ਅੱਗੇ ਵੀ ਇੱਦਾਂ ਦਾ ਹੀ ਕੰਮ ਕਰਨ। ਦਿਸ ਇਜ਼ ਦਾ ਲੈਵਲ, ਉਹਨਾਂ ਨੇ ਇੰਨੀ ਵੱਡੀ ਛਲਾਂਗ ਮਾਰੀ ਹੈ ਪੰਜਾਬੀ ਇੰਡਸਟਰੀ ਦਾ, ਇੱਕ ਲੈਵਲ ਅਪ ਕਰ ਕੀਤਾ ਜਿਹੜਾ ਅਰਦਾਸ ਕਰਾਂ 'ਚ। ਮੈਂ ਆਮ ਯੂ ਨੋ ਸ਼ੌਕਡ, ਅਤੇ ਮੈਨੂੰ ਖੁਸ਼ੀ ਵੀ ਬੜੀ ਹੈ ਕਿ ਹੁਣ ਮੈਂ ਪੰਜਾਬੀ ਮੂਵੀਜ਼ ਦੇਖਿਆ ਕਰਾਂਗਾ ਸੀਰੀਅਸਲੀ। ਸੋ ਦਿਸ ਇਜ਼ ਆਲ ਅਬਾਊਟ ਅਰਦਾਸ ਕਰਾਂ, ਜ਼ਰੂਰ ਦੇਖਣ ਜਾਏ, ਫਾਈਨਲ ਵਰਡਿਕਟ ਮੇਰੇ ਆਏ ਨੇ। ਸੋ ਥੈਂਕ ਯੂ, ਬਾਏ।